ਤਾਂ ਦੇਖੋ ਤੁਸੀਂ ਉਹ ਲੋਕ ਅੱਗੇ ਲੰਘ ਚੁੱਲ ਕੇ ਨੇ ਬੈਰੀਕੇਡਿੰਗ ਵਗੈਰਾ ਕੀਤੀ ਗਈ ਸੀ ਤਾਂ ਸੈਂਕੜੇ ਲੋਕ ਅੰਦਰ ਸਿੰਘੂ ਬਾਰਡਰ ਦੀ ਤਰਫ ਜਾ ਰਹੇ ਨੇ ਤਾਂ ਜਾ ਕੇ ਅੱਗੇ ਕਵਰ ਕਰਨ ਦੀ ਕੋਸ਼ਿਸ਼ ਕਰਦੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਲਾਈਵ ਤਸਵੀਰਾਂ ਅੱਗੇ ਜਾ ਰਹੇ ਨੇ ਲੋਕ ਤਾਂ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਸੀ ਪਰ ਫਿਰ ਵੀ ਸੈਂਕੜੇ ਲੋਕ ਅੰਦਰ ਸਿੰਘੂ ਬਾਰਡਰ ਦੀ ਤਰਫ ਜਾ ਰਹੇ ਨੇ ਤਾਂ ਜਿੱਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸਟੇਜ ਲੱਗਿਆ ਉਸ ਤਰਫ ਨੂੰ ਇਹ ਲੋਕ ਵੱਧ ਰਹੇ ਨੇ ਤਾਂ ਵੱਡੀ ਗਿਣਤੀ 'ਚ ਲੋਕ ਇਹ ਪਹੁੰਚੇ ਨੇ ਤਾਂ ਨਾਅਰੇਬਾਜ਼ੀ ਕਰਦੇ ਹੋਏ ਪੁਲਿਸ ਨੇ ਤਾਂ ਫੌਜ ਦੇ ਪੁਖਤਾ ਪ੍ਰਬੰਧ ਸੀ ਪਰ ਫਿਰ ਵੀ ਇਹ ਲੋਕ ਅੱਗੇ ਲੰਘੇ ਨੇ ਬੈਰੀਕੇਡ ਤੋੜ ਕੇ ਤਾਂ ਪੁਲਿਸ ਮੁੱਖ ਦਰਸ਼ਕ ਅੱਗੇ ਜਾ ਕੇ ਕੀ ਕਰਦੇ ਦੇਖਦੇ ਹਾਂ ਤਾਂ ਦੇਖੋ ਤੁਹਾਨੂੰ ਲਾਈਵ ਤਸਵੀਰਾਂ ਸਿੰਘੂ ਬਾਰਡਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਤਾਂ ਦੇਖੋ ਸਿੰਘੂ ਬਾਰਡਰ ਖਾਲੀ ਕਰੋ ਦੇ ਨਾਅਰੇ ਲਾਏ ਜਾ ਰਹੇ ਨੇ ਕਿ ਨਹੀਂ ਜਰੇਗਾ ਹਿੰਦੁਸਤਾਨ ਖਾਲਿਸਤਾਨ ਨਹੀਂ ਜਰੇਗਾ ਹਿੰਦੁਸਤਾਨ ਦੇ ਨਾਅਰੇ ਲਾਏ ਤਾਂ ਦੇਖਦੇ ਅੱਗੇ ਜਾ ਕੇ ਲੋਕ ਕੀ ਕਰਦੇ ਆ ਤੁਹਾਨੂੰ ਪਲ ਪਲ ਦੀ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ ਅੱਗੇ ਇੰਨੀ ਪੁਲਿਸ ਇੰਨੀ ਫੌਜ ਹੋਵੇ ਤਾਂ ਵੀ ਇਹ ਬੈਰੀਕੇਡ ਪਾਰ ਪੱਟ ਕੇ ਤੋੜ ਕੇ ਅੱਗੇ ਲੰਘ ਜਾਣ ਬਹੁਤ ਵੱਡੀ ਗੱਲ ਹੈ ਕਿਤੇ ਟਕਰਾਅ ਦਾ ਮਾਹੌਲ ਨਾ ਬਣ ਜੇ ਫੌਜ ਅਤੇ ਆਰਮੀ ਕਾਹਦੇ ਵਾਸਤੇ ਲਾਈ ਆ ਫਿਰ ਜੇ ਇਹ ਲੋਕ ਇਸ ਤਰ੍ਹਾਂ ਬੈਰੀਕੇਡ ਤੋੜ ਕੇ ਅੱਗੇ ਲੰਘੇ ਆ ਤਾਂ ਦੇਖੋ ਸਿੰਘੂ ਬਾਰਡਰ ਨੂੰ ਅੱਗੇ ਵੱਧ ਰਹੇ ਨੇ ਲੋਕ ਤਾਂ ਦੇਖੋ ਬੀ ਐਸ ਐਫ ਦੀਆਂ ਟੁਕੜੀਆਂ ਸੀ ਆਰ ਪੀ ਦੀਆਂ ਟੁਕੜੀਆਂ ਲਾਈਆਂ ਗਈਆਂ ਸੀ ਤਾਂ ਇਹ ਮੂਕ ਦਰਸ਼ਕ ਬਣੇ ਹੋਏ ਨੇ ਇਹ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤਾਂ ਮੂਕ ਦਰਸ਼ਕ ਬਣੇ ਹੋਏ ਨੇ ਕੀ ਸਾਜਿਸ਼ ਹੋ ਸਕਦੀਆਂ ਸਰਕਾਰਾਂ ਦੀਆਂ ਤਾਂ ਕਿਸਾਨ ਭਰਾਵੋ ਦਿੱਲੀ ਨੂੰ ਵਧੋ ਅਪੀਲ ਇਹ ਆ ਕਿ ਦਿੱਲੀ ਨੂੰ ਵਧੋ ਹੁਣ ਮੌਕਾ ਤੁਹਾਡਾ ਪਛਾਣਾ ਜਾਓ ਦਿੱਲੀ ਨੂੰ ਵਧੋ ਨਹੀਂ ਇਹ ਅੰਦੋਲਨ ਫੇਲ ਹੋ ਜਾਵੇਗਾ ਜੇ ਤੁਸੀਂ ਨਾ ਆਏ ਤਾਂ ਪੰਜਾਬ ਭਰ ਦਾ ਮੀਡੀਆ ਲਗਾਤਾਰ ਇੱਥੇ ਕਵਰੇਜ ਕਰ ਰਿਹਾ ਤੁਹਾਡੇ ਤੱਕ ਹਰ ਇੱਕ ਤਸਵੀਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇਕਰ ਨੈਟਵਰਕ ਕੱਟਿਆ ਜਾਂਦਾ ਤਾਂ ਦੁਬਾਰਾ ਫਿਰ ਲਾਈਵ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉੱਧਰ ਦੂਜੇ ਤਰਫ ਦੀ ਲੰਘ ਚੁੱਕੇ ਨੇ ਤਾਂ ਕਿਤੇ ਟਕਰਾਅ ਨਾ ਹੋ ਜਾਵੇ ਬੈਰੀਕੇਡਿੰਗ ਤੋੜ ਕੇ ਲੋਕ ਅੱਗੇ ਲੰਘ ਆਏ ਨੇ ਤਾਂ ਫੌਜ ਤੇ ਭਾਰਤੀ ਫੌਜ ਤੇ ਸਾਡੀ ਪੁਲਿਸ ਮੂਕ ਦਰਸ਼ਕ ਬਣੀ ਹੋਈ ਆ ਇਹਨਾਂ ਲੋਕਾਂ ਨੂੰ ਅੱਗੇ ਲੰਘਣ ਦਿੱਤਾ ਗਿਆ ਤਾਂ ਫਿਰ ਪੁਖਤਾ ਪ੍ਰਬੰਧ ਕਾਹਦੇ ਹੋਏ ਤਾਂ ਵੱਡਾ ਸਵਾਲੀਆ ਨਿਸ਼ਾਨੇ ਵੀ ਆ ਤਾਂ ਕਾਹਦੇ ਪੁਖਤਾ ਤਾਂ ਇਹ ਲੋਕ ਅੱਗੇ ਕਿਵੇਂ ਆ ਗਏ ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜੋ ਸਟੇਜ ਆ ਉੱਧਰ ਨੂੰ ਵੱਧ ਰਹੇ ਨੇ ਤਾਂ ਕਿਸਾਨ ਭਰਾਵੋ ਅਪੀਲ ਆ ਕਿ ਜਲਦੀ ਜਲਦੀ ਚਾਚਾ ਜੀ ਤੁਸੀਂ ਦਿੱਲੀ ਜਾ ਰਹੇ ਹੋ ਤਾਂ ਦੇਖੋ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋ ਗਏ ਅੱਗੇ ਜਾ ਕੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਤੁਹਾਨੂੰ ਅਰੇ ਚਾਚਾ ਜੋ ਵੀ ਹੋ ਰਿਹਾ ਹੈ ਆਪ ਲੋਕ ਕੇ ਅੱਛੇ ਕੇ ਲਿਏ ਹੋ ਰਿਹਾ ਹੈ ਮੇਰੀ ਬਾਤ ਮਾਨੋ ਸਿੱਧੇ ਤੌਰ ਤੇ ਬੀਜੇਪੀ ਦੇ ਲੋਕ ਆਰਐਸਐਸ ਦੇ ਲੋਕ ਅਗਰ ਅੱਛੇ ਕੇ ਲਿਏ ਹੋਤਾ ਨਾ ਤਾਂ ਹਜ਼ਾਰ ਹਜ਼ਾਰ ਕਿਸਾਨ ਇਤਨੇ ਦਿਨੋਂ ਸੇ ਇਸ ਕਾਨੂੰਨ ਕੇ ਖਿਲਾਫ ਧਰਨੇ ਪੇ ਨਹੀਂ ਬੈਠੇ ਹੋਤੇ ਸਰਕਾਰ ਹਮਸੇ ਹਮਾਰੇ ਅਧਿਕਾਰ ਛਿਨਨੇ ਕੀ ਕੋਸ਼ਿਸ਼ ਕਰ ਰਹੇ ਹੈ ਸਾਰੇ ਇਕੱਠੇ ਔਰ ਇਹ ਹਮ ਕਭੀ ਹੋਨੇ ਨਹੀਂ ਦੇਂਗੇ ਕਰ ਰਹੇ ਨੇ ਕਿ ਇਕੱਠੇ ਹੋ ਕੇ ਚੱਲਾਂਗੇ कुछ नहीं कर पाओगे तुम सरकार के खिलाफ आवाज उठाने वालों पता है मीडिया में तुम लोगों को क्या बोला जा रहा है देशद्रोही देशद्रोही हो तुम लोग अरे बिक चुका है ये मीडिया और उसके साथ साथ तुम लोग भी बिक चुके हो मुंह संभाल के बात कर तुझे पता है मैं कौन हूँ और तुझे पता है मैं कौन हूँ हाँ पता है देशद्रोही है तू क्या यही बात तू मेरे बेटे के सामने बोल सकता है कौन है तेरा बेटा एमएलए का खास आदमी इस एरिया में किसी का हिम्मत नहीं जो मेरे सामने खड़ा हो सके बुला तेरे बेटे को शेयर करो तो चलो मेरे साथ इस प्रोग्राम शेयर जरूर करो चलो और कारकर तक की तस्वीर पहुंचाओ कि किस तरह जड़ा इस आंदोलन को फेल कर दिए साजिश चल रही है तक बात कर दे भैया कौन से गांव से कौन से अकबरपुर बोलो गांव से आई हम अकबरपुर बोलो गांव से ये है मेरा बेटा नहीं की जा रही ता सिर्फ नेशनल मीडिया ਨਾਲ ਗੱਲਬਾਤ ਕੀਤੀ ਜਾ ਰਹੀ ਹੈ ਪੰਜਾਬ ਦੀ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਉਹ ਕਹਿੰਦੇ ਗੱਲਬਾਤ ਨਹੀਂ ਕਰਾਂਗੇ ਤਾਂ ਅਸੀਂ ਅੱਗੇ ਜਾ ਕੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਿਰੰਗੇ ਝੰਡੇ ਹੱਥਾਂ 'ਚ ਲਏ ਉਹਨਾਂ ਨੇ ਕਹਿੰਦੇ ਤਿਰੰਗੇ ਦਾ ਅਪਮਾਨ ਹੋਇਆ ਇਸ ਕਰਕੇ ਤਿਰੰਗੇ ਝੰਡੇ ਹੱਥਾਂ 'ਚ ਲਏ ਆ ਤਿਰੰਗੇ ਦਾ ਅਪਮਾਨ ਕੀ ਇਸ ਦੇ ਸਾਹਮਣੇ ਤੂੰ ਬੋਲ ਸਕਦਾ ਹੈ ਕਿ ਇਸ ਦਾ ਬਾਪ ਇੱਕ ਦੇਸ਼ਦਰੋਹੀ ਹੈ ਅੱਗੇ ਅੱਗੇ ਨੂੰ ਅੱਗੇ ਨੂੰ ਅੱਗੇ
जिस नेता और मंत्री का तुम चमचागिरी कर रहे हो ना, वो उनके फायदे के लिए तुमको इस्तेमाल करेंगे और दो चार पुलिस के स्टुकड़े के सारी जिंदगी तुमको उनके आगे पीछे घुमाएंगे और उनके बेटे को लंदन अमेरिका जैसे बड़े बड़े कॉलेज में पढ़ाएंगे। कभी सुना है कोई एमएलए या मंत्री का बेटा देश के लिए शहीद हुआ? नहीं। सामने किसान, जब बात देश की आता है ना, तो सबसे पहले हमारे जैसे किसान और मजदूर का बेटा ही सीना ठोक कर बॉर्डर पर खड़ा होता है। सामने किसान शांत भाई ने इधर नारेबाजी की थी। जो किसान सारे देश के लिए अनाज पैदा करता है और जिनके बच्चे जाकर बॉर्डर पर देश के लिए शहीद हो रहे हैं, ये लड़ाई हमारी हक के लिए है। आखिर दम तक हम पीछे नहीं हटेंगे। खाली करो दे नारे लाए धारणे ता। अरे यार सारे पब्लिक भी कर देंगे। हां तैने बैरिकेडिंग कीती गई सी पर फिर भी सुखजिंदर आगे तक ये लोग वादा है नहीं।